ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਿਆ ਤੇ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨਆਰਆਈ ਤੇ ਸ਼ੋਅ ਸ਼ੁਰੂ ਹੋ ਚੁੱਕਿਆ ਜੀ ਪੂਰਾ ਸੱਚ। ਕੋਈ ਅਜਿਹਾ ਦਿਨ ਨਹੀਂ ਹੈ ਕਿ ਖਬਰ ਨਾ ਆਵੇ ਕਿ ਆਵਾਰਾ ਪਸ਼ੂਆਂ ਕਾਰਨ ਹਾਦਸਾ ਨਹੀਂ ਵਾਪਰਿਆ। ਪਰ ਆਵਾਰਾ ਪਸ਼ੂਆਂ ਦੀ ਸਮੱਸਿਆ ਹਾਲੇ ਤੱਕ ਹੱਲ ਨਹੀਂ ਹੋਈ ਕਿ ਸਰਕਾਰ ਬ੍ਰਾਜ਼ੀਲ ਤੋਂ 1,00,000 ਗਾਵਾਂ ਦੀ ਗਿਰ ਪ੍ਰਜਾਤੀ ਮੰਗਵਾਉਣ ਜਾ ਰਹੀ ਹੈ। ਹੁਣ ਤੁਸੀਂ ਨਾ ਇਸ ਖਬਰ ਦੇ ਵਿੱਚ ਦਿਲਚਸਪੀ ਲਓਗੇ, ਕਿਉਂਕਿ ਕਿਹਾ ਜਾ ਰਿਹਾ ਹੈ ਕਿ 18ਵੀਂ ਸਦੀ ਵਿੱਚ ਸ਼ਤਾਬਦੀ 'ਚ ਭਾਵਨਗਰ ਦੇ ਮਹਾਰਾਜਾ ਨੇ ਇਹਨਾਂ ਗਾਵਾਂ ਨੂੰ, ਮਤਲਬ ਕਿ ਗਿਰ ਨਸਲ ਦੀਆਂ ਗਾਵਾਂ ਨੂੰ, ਬ੍ਰਾਜ਼ੀਲ ਵਾਲਿਆਂ ਨੂੰ ਤੋਹਫੇ 'ਚ ਦਿੱਤਾ ਸੀ। ਹੁਣ ਮੋਦੀ ਸਰਕਾਰ ਜਾਗਰੂਕ ਹੋ ਗਈ ਹੈ ਅਤੇ ਉਹ ਆਪਣਾ ਤੋਹਫਾ ਵਾਪਸ ਦੇਸ਼ ਵਿੱਚ ਲੈ ਕੇ ਆਉਣਾ ਚਾਹੁੰਦੀ ਹੈ। ਦੱਸ ਦਈਏ ਕਿ ਗਿਰ ਨਸਲ ਦੀਆਂ ਗਾਵਾਂ ਆਮ ਗਾਵਾਂ ਦੇ ਮੁਕਾਬਲੇ 2 ਗੁਣਾ ਜ਼ਿਆਦਾ ਦੁੱਧ ਦਿੰਦੀਆਂ ਹਨ। ਇਹ ਬੱਛੜਾ ਪੈਦਾ ਕਰਨ ਤੋਂ ਬਾਅਦ 5,000 ਲੀਟਰ ਤੱਕ ਦੁੱਧ ਦੇ ਸਕਦੀਆਂ ਹਨ, ਜਦਕਿ ਭਾਰਤ ਦੀਆਂ ਆਮ ਗਾਵਾਂ 2,000 ਲੀਟਰ ਤੱਕ ਦੁੱਧ ਦਿੰਦੀਆਂ ਹਨ। ਹੁਣ ਤੁਸੀਂ ਕਹੋਗੇ ਕਿ ਸਰਕਾਰ ਕੋਲੋਂ ਪਹਿਲਾਂ ਤਾਂ ਆਵਾਰਾ ਪਸ਼ੂਆਂ ਦੀ ਸੰਖਿਆ ਸਾਂਭੀ ਨਹੀਂ ਜਾਂਦੀ ਅਤੇ ਹੁਣ 1,00,000 ਗਾਂ ਹੋਰ ਹੱਦ ਹੈ। ਤੁਹਾਡੇ ਇਸ ਸਵਾਲ ਦਾ ਜਵਾਬ ਮੈਂ ਦੇ ਦਿੰਦੀ ਹਾਂ। ਦਰਅਸਲ ਇਸ ਸਾਲ ਦੇਸ਼ ਵਿੱਚ ਦੇਸੀ ਨਸਲ ਦੀਆਂ ਗਾਵਾਂ ਵਿੱਚ ਕਮੀ ਆਈ ਹੈ, ਜਿਸ ਕਾਰਨ ਸਰਕਾਰ ਕਾਫ਼ੀ ਚਿੰਤਿਤ ਹੈ। ਇਸੇ ਲਈ ਉਹਨਾਂ ਨੇ ਬ੍ਰਾਜ਼ੀਲ ਤੋਂ ਇਹ ਨਸਲ ਖਰੀਦਣ ਦਾ ਫੈਸਲਾ ਕੀਤਾ ਹੈ। ਹੁਣ ਇਸ ਖਬਰ ਉੱਪਰ ਤੁਸੀਂ ਆਪਣੇ ਵਿਚਾਰ ਵੀ ਜ਼ਰੂਰ ਦਿਓ, ਪਰ ਪਹਿਲਾਂ ਨਾ ਪੂਰੀ ਕਹਾਣੀ ਜਾਣ ਲਓ। ਦਰਅਸਲ 18ਵੀਂ ਸ਼ਤਾਬਦੀ ਦੇ ਵਿੱਚ ਭਾਵਨਗਰ ਦੇ ਮਹਾਰਾਜਾ ਨੇ ਗਿਰ ਨਸਲ ਦੀਆਂ ਗਾਵਾਂ ਨੂੰ ਬ੍ਰਾਜ਼ੀਲ ਨੂੰ ਤੋਹਫੇ ਦੇ ਵਿੱਚ ਦਿੱਤੀਆਂ ਸਨ। ਬ੍ਰਾਜ਼ੀਲ ਨੇ ਭਾਰਤ ਦੇ ਦੇਸੀ ਨਸਲ ਦੀਆਂ ਇਹਨਾਂ ਗਾਵਾਂ ਨੂੰ ਲਗਾਤਾਰ ਵਧਾਇਆ ਅਤੇ ਇਹਨਾਂ ਦੀ ਦੇਖਭਾਲ ਕਰਕੇ ਇਹਨਾਂ ਨੂੰ ਬ੍ਰਾਜ਼ੀਲ ਦੇ ਮਸ਼ਹੂਰ ਗਾਵਾਂ ਦੇ ਵਿੱਚੋਂ ਇੱਕ ਬਣਾ ਦਿੱਤਾ ਹੈ। ਗੁਜਰਾਤ ਦੇ ਗਿਰ ਬੰਦੇ ਸ਼ੇਰ ਦੀ ਚਰਚਾ ਤਾਂ ਤੁਸੀਂ ਸੁਣੀ ਹੋਵੇਗੀ, ਲੇਕਿਨ ਗਿਰ ਦੀਆਂ ਗਾਵਾਂ ਦੇ ਬਾਰੇ ਘੱਟ ਹੀ ਲੋਕਾਂ ਨੂੰ ਪਤਾ ਹੈ। ਦੱਸ ਦਈਏ ਕਿ ਗਿਰ ਗਾਵਾਂ ਭਾਰਤ ਦੀ ਆਮ ਗਾਵਾਂ ਦੇ ਮੁਕਾਬਲੇ 2 ਗੁਣਾ ਜ਼ਿਆਦਾ ਦੁੱਧ ਦਿੰਦੀਆਂ ਹਨ। ਗਿਰ ਜੇਬੂ ਪ੍ਰਜਾਤੀ ਦੀ ਪ੍ਰਮੁੱਖ ਗਾਂ ਹੈ। ਇਹਨਾਂ ਨਸਲ ਦੀਆਂ ਗਾਵਾਂ ਨੂੰ ਗੁਜਰਾਤ ਦੇ ਜੰਗਲਾਂ ਦੇ ਵਿੱਚ ਜ਼ਿਆਦਾ ਪਾਇਆ ਜਾਂਦਾ ਹੈ, ਪਰ ਭਾਰਤ ਦੇ ਵਿੱਚ ਹਾਲ ਹੀ ਦੇ ਵਿੱਚ ਇਹਨਾਂ ਗਾਵਾਂ ਦੇ ਵਿੱਚ ਕਮੀ ਆਈ ਹੈ। ਤੇ ਹੁਣ ਤੁਹਾਨੂੰ ਦੱਸ ਦਈਏ ਕਿ ਗੁਜਰਾਤ ਸਰਕਾਰ ਨੇ ਬ੍ਰਾਜ਼ੀਲ ਤੋਂ 10,000 ਗਾਵਾਂ ਨੂੰ ਖਰੀਦਣ ਦਾ ਫੈਸਲਾ ਕੀਤਾ ਹੈ। ਰਾਜ ਦੇ ਵਿੱਚ ਵਧੀਆ ਨਸਲ ਦੀ ਮੰਨੀ ਜਾਣ ਵਾਲੀ ਗਿਰ ਗਾਵਾਂ ਨੂੰ ਲਗਾਤਾਰ ਘਟਦੀ ਸੰਖਿਆ ਦੇਖਦੇ ਹੋਏ ਸਰਕਾਰ ਨੇ ਇਹ ਫੈਸਲਾ ਲਿਆ ਹੈ। ਗਿਰ ਪ੍ਰਜਾਤੀ ਦੀ ਗਾਵਾਂ ਨੂੰ ਲੰਬੇ ਸਮੇਂ ਤੋਂ ਗੁਜਰਾਤ ਦੇ ਸਭ ਤੋਂ ਜ਼ਿਆਦਾ ਦੁੱਧ ਦੇਣ ਵਾਲੀਆਂ ਗਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਜਰਸੀ ਗਾਵਾਂ ਦੀ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਅਤੇ ਇਹਨਾਂ ਦੀ ਬ੍ਰੈਂਡਿੰਗ ਨੂੰ ਦੇਖਦੇ ਹੋਏ ਇਸ ਦੀ ਸੰਖਿਆ ਕਾਫ਼ੀ ਘਟਦੀ ਜਾ ਰਹੀ ਸੀ ਅਤੇ ਇਸੇ ਕਰਕੇ ਰਾਜ ਦੀ ਟੈਨਸ਼ਨ ਵੱਧਦੀ ਜਾ ਰਹੀ ਸੀ, ਜਿਸ ਕਾਰਨ ਉਹਨਾਂ ਨੇ ਬ੍ਰਾਜ਼ੀਲ ਤੋਂ ਇਹਨਾਂ ਨੂੰ ਖਰੀਦਣ ਦਾ ਫੈਸਲਾ ਕੀਤਾ ਹੈ। ਸੋ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ, ਸਾਡੀ ਵੀਡੀਓ ਨੂੰ ਲਾਈਕ ਕਰਕੇ ਦੱਸੋ, ਕਮੈਂਟ ਕਰਕੇ ਦੱਸੋ ਅਤੇ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਦੱਸੋ ਅਤੇ ਨਾਲ ਦੀ ਨਾਲ ਜੇਕਰ ਤੁਸੀਂ ਅਜਿਹੀਆਂ ਹੋਰ ਵੀ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਾਡੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਵੇਗਾ।